ਤੁਹਾਡਾ ਨਾਮ ਗੁਰਦੇਵ ਸਿੰਘ ਜੀ ਅੱਛਾ ਤੁਸੀਂ ਕਿੱਥੋਂ ਆਏ ਹੋ ਪੰਜਾਬ ਤੋਂ ਜ਼ਿਲ੍ਹਾ ਫਰੀਦਕੋਟ ਅਸੀਂ ਇਸ ਵਾਸਤੇ ਆਏ ਹਾਂ ਕਿ ਹਰ ਸਾਲ ਡੇਰਾ ਸੱਚਾ ਸੌਦਾ ਦੇ ਸੰਤ ਗੁਰਮੀਤ ਰਾਮ ਸਿੰਘ ਜੀ ਨੇ ਜੋ ਸਾਨੂੰ ਸਿੱਖਿਆ ਦਿੱਤੀ ਹੈ ਕਿ ਗੰਦਲੇ ਹੋਏ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਖਾਤਰ ਸਾਨੂੰ ਪੇੜ ਪੌਦੇ ਲਾਉਣ ਦਾ ਉਦੇਸ਼ ਦਿੱਤਾ ਸਾਨੂੰ ਬਰੀਕੀ ਤੱਕ ਸਮਝਾਇਆ ਕਿ ਵਾਤਾਵਰਨ ਨੂੰ ਸ਼ੁੱਧ ਕਰਨ ਦੀ ਖਾਤਰ ਜੋ ਬਿਮਾਰੀਆਂ ਹੈ ਇਹਨਾਂ ਨੇ ਜਨਮ ਦਿਹਾੜਾ ਜੋ ਮਨਾਇਆ ਬ੍ਰੈਡ ਪਕੌੜਿਆਂ ਦਾ ਜਨਮ ਦਿਹਾੜਾ ਅੱਜ ਲੋਕ ਗੁਰੂਆਂ ਪੀਰਾਂ ਦਾ ਜਨਮ ਦਿਹਾੜਾ ਮਨਾਉਂਦੇ ਸੜਕਾਂ 'ਤੇ ਬ੍ਰੈਡ ਪਕੌੜੇ ਗੰਦ ਪਾਉਂਦੇ ਆ ਪਰ ਸਾਨੂੰ ਸਾਡੇ ਗੁਰੂ ਨੇ ਸਿਖਾਇਆ ਕਿ ਪੇੜ ਪੌਦੇ ਲਾ ਕੇ ਵਾਤਾਵਰਨ ਸ਼ੁੱਧ ਕਰਨਾ ਕੱਲ੍ਹ ਅਸੀਂ ਪੇੜ ਪੌਦੇ ਲਾਏ ਕਿ ਆਉਣ ਵਾਲੀਆਂ ਪੀੜ੍ਹੀਆਂ ਜਿਹੜੀਆਂ ਉਹ ਗੰਦਲੇ ਹੋਏ ਵਾਤਾਵਰਨ ਨੂੰ ਸ਼ੁੱਧ ਕਰਨ ਅਤੇ ਗੰਦਲੇ ਹੋਏ ਵਾਤਾਵਰਨ ਨੂੰ ਪੇੜ ਪੌਦੇ ਲਾ ਕੇ ਸ਼ੁੱਧ ਕਰਨ ਦਾ ਸੰਦੇਸ਼ ਦਿੱਤਾ ਸਾਨੂੰ ਅੱਜ ਇਹ ਨਹੀਂ ਵੀ ਉਹ ਜੇਲ੍ਹ 'ਚ ਹੈ ਸਾਡੇ ਲਈ ਤਾਂ ਉਹ ਹਰ ਹਮੇਸ਼ਾ ਹੀ ਬਾਹਰ ਹੈ ਅਤੇ ਉਹਦੀ ਸ਼ਿਕਸ਼ਾ ਜਿਹੜੀ ਸਾਡੇ ਅੰਦਰ ਰੋਮ ਰੋਮ ਦੇ ਵਿੱਚ ਘਰ ਕਰੀਏ ਇਸ ਵਾਸਤੇ ਅਸੀਂ ਕਰਿਆ ਕਿ ਸਾਨੂੰ ਸੱਚੀ ਸ਼ਿਕਸ਼ਾ ਮਿਲੀ ਅਤੇ ਤੁਸੀਂ ਹਰ ਵਾਰੀ ਇੱਦਾਂ ਪੌਦੇ ਲਾਉਂਦੇ ਹੋ ਆਏ ਜਨਮ ਦਿਨ 'ਤੇ ਇਹਨਾਂ ਦੇ ਹਾਂਜੀ ਹਾਂਜੀ ਆਏ ਜਨਮ ਦਿਨ 'ਤੇ ਜਿੰਨੇ ਵੀ ਇਹਨਾਂ ਦੇ ਅਨੁਆਈ ਉਹ ਸਾਰੇ ਲਾਉਂਦੇ ਆ ਪੌਦੇ ਵੇਖੋ ਜੀ ਜਿਨ੍ਹਾਂ ਨੇ ਸ਼ਿਕਸ਼ਾ ਨੂੰ ਗ੍ਰਹਿਣ ਕੀਤਾ ਹੈ ਇਹ ਪੜ੍ਹਾਈ ਸੀ ਜਿਵੇਂ ਸਕੂਲਾਂ ਵਿੱਚ ਪੜ੍ਹਾਈ ਕਰਾਉਂਦੇ ਜਿਨ੍ਹਾਂ ਨੇ ਉੱਦਾਂ ਦੀ ਪੜ੍ਹਾਈ 'ਤੇ ਅਮਲ ਕੀਤਾ ਹੈ ਜਿਹੜੇ ਟੀਚਰ ਦੀ ਪੜ੍ਹਾਈ 'ਤੇ ਅਮਲ ਕਰਦੇ ਆ ਅਸੀਂ ਅਮਲ ਕੀਤਾ ਸਾਨੂੰ ਸਮਝਾਇਆ ਗਿਆ ਕਿ ਇਹਦੇ ਤੋਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਸੁੱਖ ਮਿਲੂਗਾ ਜਿਹੜੇ ਆਉਣ ਵਾਲੇ ਬੱਚੇ ਹੋਣਗੇ ਗਰਮੀ ਦੀ ਤਵਸ਼ ਤੋਂ ਲੋਕ ਬਚਣਗੇ ਤਾਂ ਇਸ ਵਾਸਤੇ ਜਿਹੜੇ ਵੀ ਉਸ ਦੀ ਗੱਲ ਨੂੰ ਮੰਨਦੇ ਆ ਤਾਂ ਜਿਹੜੇ ਅੱਜ ਆਏ ਆ ਇਹ ਸਾਰੇ ਦੇ ਸਾਰੇ ਪੇੜ ਪੌਦੇ ਦੋ ਦੋ ਚਾਰ ਚਾਰ ਜ਼ਰੂਰ ਲਾ ਕੇ ਆਏ ਆ ਇਹ ਸਾਨੂੰ ਤਸੱਲੀ ਹੈ ਗੁਰੂ ਜੀ ਦੇ ਬਚਨਾਂ 'ਤੇ ਅਸੀਂ ਅਮਲ ਕਰਦੇ ਹਾਂ ਅਤੇ ਕਰਦੇ ਹੀ ਰਹਾਂਗੇ ਜੀ ਪੂਰੀ ਇੰਡੀਆ ਦੇ ਵਿੱਚੋਂ ਆਏ ਆ ਪੂਰੀ ਇੰਡੀਆ ਦੇ ਵਿੱਚ जी जैसे कि आपने देखा ये बाबा के अनुयायी आज बाबा का जन्मदिन मनाने के लिए यहाँ पहुँचे हैं।